यूनियन पंजाब की मीटिंग लुधियाना विखे हुई और अज इस मीटिंग दे विच पंजाब दे हर जिले तो जथेबंदी के अहुदेदार साहबान सूबा कमेटी के वख-वख अहुदेदार इस मीटिंग दे विच अज शामिल होए ने। अज मीटिंग पंजाब दीआं विधानसभा चोणां तो बाद लुधियाने दे विच होई है, जिस विच यह फैसला लिया गया कि जिहड़ी पंजाब दे विच नवीं सत्ताधारी पार्टी आम आदमी पार्टी आई है, जिसने दिल्ली दे विच NMOPS की स्टेज तो पुरानी पेंशन स्कीम बहाली की गल की, अरविंद केजरीवाल जी ने जिन्होंने दिल्ली की विधानसभा दे विच पुरानी पेंशन स्कीम नूं बहाल करन दा जिहड़ा मत है वह पास किया सी, ते उहदे नाल नाल पंजाब दे जिन्ने भी आम आदमी पार्टी के आगू ने अज दे चुने हुए MLA साहबान ने इन्हां सारिआं वल्लों पुरानी पेंशन स्कीम नूं लागू करन दे लई अपना हाँ पक्षी रवैया रखिया, ते खास तौर पर पिछली विधानसभा दे विच विधानसभा दे LOP हरपाल सिंह चीमा जी उन्हां वल्लों भी यह बयान लगातार CPF दीआं स्टेजां तों अते वख-वख न्यूज़ दे राहीं अखबारां दे राहीं यह दित्ते गए कि जदों साडी सरकार सत्ता च आई तां असीं पुरानी पेंशन स्कीम नूं बहाल करांगे, ते अज लुधियाने दे विच सर्वसंमती दे नाल यह फैसला लिया गया कि 16 तरीक नूं पंजाब दी विधानसभा जिहड़ी कि नवीं बनी है उहदे जिन्ने भी मंत्री साहबान ने मुख्यमंत्री साहब ने वह खटखट कलां दे विच सहुं चुकण जा रहे ने। सो 15 ते 16 तरीक नूं 2 दिन असीं इक ट्विटर मुहिम चलावांगे जिहनूं सोशल मीडिया दा नाम दिता जाएगा, क्योंकि ट्विटर मुहिम दे नाल नाल फेसबुक दे उत्ते इंस्टाग्राम दे उत्ते ते हर एक वट्सअप दे राहीं ਇਹਨਾਂ MLAs ਇਹਨਾਂ ਮੰਤਰੀ ਨੂੰ ਤੇ ਨਵੀਂ ਸਰਕਾਰ ਨੂੰ ਅਸੀਂ ਇੱਕ ਵਾਅਦਾ ਯਾਦ ਦਿਵਾਉ ਜਿਹੜਾ ਟਵਿੱਟਰ ਏ ਉਹ ਸਾਡਾ ਚੱਲੇਗਾ, ਜਿਹੜਾ ਉਹ ਮੈਸੇਜ ਹੋਏਗਾ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਵਿੱਤ ਮੰਤਰੀ ਜੀ ਨੂੰ ਤੇ ਕੇਜਰੀਵਾਲ ਜੀ ਨੂੰ ਅਸੀਂ ਟੈਗ ਕਰਕੇ ਭੇਜਾਂਗੇ ਕਿ ਜਿਹੜਾ ਆਪਣਾ ਵਾਅਦਾ ਕੀਤਾ ਤੁਸੀਂ ਪੁਰਾਣੀ ਪੈਨਸ਼ਨ ਸਕੀਮ ਦਾ ਉਹ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ। ਉਸ ਦੇ ਨਾਲ ਹੀ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ 92 MLA ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੇ ਤੇ ਜਿਹੜੇ ਬਾਕੀ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ MLA ਹਾਰ ਚੁੱਕੇ ਨੇ, 117 ਦੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ 21 ਮਾਰਚ ਤੋਂ ਲੈ ਕੇ 31 ਮਾਰਚ ਤੱਕ ਅਸੀਂ ਮੰਗ ਪੱਤਰ CPF ਦੇ ਬੈਨਰ ਹੇਠ CPF ਵੱਲੋਂ ਉਹ ਜਿਹੜੇ ਮੰਗ ਪੱਤਰ ਨੇ ਦਿੱਤੇ ਜਾਣਗੇ ਅਤੇ ਉਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਿਤ ਹੋਣਗੇ ਤੇ ਉਹਦੇ ਵਿੱਚ ਇੱਕੋ ਇੱਕ ਮੰਗ ਹੋਏਗੀ ਕਿ ਜਲਦ ਤੋਂ ਜਲਦ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਥੇਬੰਦੀ ਨੂੰ ਜਲਦ ਤੋਂ ਜਲਦ ਜਿਹੜਾ ਮਿਲਣ ਦਾ ਸਮਾਂ ਉਹ ਦੇਣ। ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀਆਂ ਪੂਰੇ ਦੇਸ਼ ਦੀਆਂ ਟ੍ਰੇਡ ਯੂਨੀਅਨ ਨੇ ਉਹ ਨਿੱਜੀਕਰਨ ਨੂੰ ਲੈ ਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ NPS ਦੇ ਖਿਲਾਫ ਦੇਸ਼ ਵਿਆਪੀ ਹੜਤਾਲ 28 ਤੇ 29 ਨੂੰ ਕਰਨ ਜਾ ਰਹੀਆਂ ਤੇ ਅੱਜ ਇਹ ਫੈਸਲਾ CPF ਦੀ ਸਮੁੱਚੀ ਟੀਮ ਵੱਲੋਂ ਲਿਆ ਗਿਆ ਹੈ ਕਿ 28 ਤੇ 29 ਤਰੀਕ ਨੂੰ CPF ਕਰਮਚਾਰੀ ਯੂਨੀਅਨ ਪੰਜਾਬ ਇਸ ਦੇਸ਼ ਵਿਆਪੀ ਹੜਤਾਲ ਦੇ ਵਿੱਚ ਸ਼ਾਮਲ ਹੋਵੇਗੀ ਤੇ ਉਹਦੇ ਨਾਲ ਨਾਲ ਇੱਕ ਫੈਸਲਾ ਕਿ ਜਿਹੜਾ ਮੁਲਾਜ਼ਮਾਂ ਦੇ ਵਿੱਚ ਸਭ ਤੋਂ ਵੱਡਾ ਕਾਡਰ ਅੱਜ ਪੰਜਾਬ ਦੇ ਵਿੱਚ ਅਸੀਂ ਦੇਖੀਏ ਤਾਂ ਉਹ ਸਾਡੀਆਂ ਭੈਣਾਂ ਦਾ ਏ, ਉਹਨਾਂ ਭੈਣਾਂ ਨੂੰ ਜਥੇਬੰਦੀ ਦੇ ਨਾਲ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜੋੜਨ ਲਈ ਮੈਡਮ ਕਿਰਨਾ ਖਾਨ ਜੀ ਨੂੰ ਪ੍ਰਧਾਨ ਪੰਜਾਬ ਦਾ ਮਹਿਲਾ ਵਿੰਗ ਦਾ ਲਗਾਇਆ ਗਿਆ ਤੇ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਅਗਵਾਈ ਦੇ ਹੇਠ ਸਾਡੀਆਂ ਪੰਜਾਬ ਦੀਆਂ CPF ਦੇ ਨਾਲ ਜੁੜੀਆਂ ਹੋਈਆਂ ਭੈਣਾਂ ਇਸ ਸੰਘਰਸ਼ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੀਆਂ ਤੇ ਸਾਨੂੰ ਸਹਿਯੋਗ ਕਰਨਗੀਆਂ, ਕਿਉਂਕਿ ਜਿੱਥੇ ਅਸੀਂ ਪਟਿਆਲੇ ਦੇ ਵਿੱਚ ਧਰਨੇ ਰੈਲੀਆਂ ਜਾਂ ਪੰਜਾਬ ਭਰ 'ਚ ਕੀਤੇ ਜਿੱਥੇ ਮੇਲ ਸਟਾਫ ਦਾ ਬਹੁਤ ਵੱਡਾ ਯੋਗਦਾਨ ਸੀ ਉੱਥੇ ਫੀਮੇਲ ਸਟਾਫ ਵੀ ਬਹੁਤ ਵੱਡੀ ਗਿਣਤੀ 'ਚ ਆਇਆ, ਪਰ ਮੈਡਮ ਕਿਰਨਾ ਖਾਨ ਜੀ ਦੀ ਅਗਵਾਈ ਦੇ ਵਿੱਚ ਸਾਡੀਆਂ ਭੈਣਾਂ ਹੋਰ ਵੱਡੀ ਗਿਣਤੀ ਦੇ ਵਿੱਚ ਆਣਗੀਆਂ। ਸੋ ਮੈਂ ਅੱਜ ਦੇ ਇਸ ਮੈਸੇਜ ਰਾਹੀਂ ਸੰਦੇਸ਼ ਦੇ ਰਾਹੀਂ ਆਪ ਸਭ ਨੂੰ ਬੇਨਤੀ ਕਰਦਾ ਕਿ CPF ਕਰਮਚਾਰੀ ਯੂਨੀਅਨ ਦੇ ਰਾਹੀਂ ਜੋ ਐਕਸ਼ਨ ਉਲੀਕੇ ਗਏ ਨੇ ਉਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਸਾਥ ਦਿਓ ਤੇ ਅਖੀਰ ਦੇ ਵਿੱਚ ਮੁਲਾਜ਼ਮ ਏਕਤਾ ਦੇ ਨਾਅਰੇ ਦੇ ਨਾਲ ਅੱਜ ਇਸ ਮੀਟਿੰਗ ਨੂੰ ਸਮਾਪਤ ਕਰਦੇ ਹਾਂ। ਮੁਲਾਜ਼ਮ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। CPF ਕਰਮਚਾਰੀ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ।
जय संघर्ष जित लड़ते लोग।